ਕੀ ਤੁਹਾਡੇ ਘਰ ਤਾਂ ਨਹੀਂ ਹੈਗਾ ਭੂਤਾਂ ਦਾ ਵਾਸਾ? ਕੀ ਤੁਹਾਡੇ ਘਰ ਭੂਤ ਰਹਿੰਦੇ ਨੇ? ਕੀ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਾਏ ਹੋਏ ਨੇ? ਜਦੋਂ ਵੀ ਕੋਈ ਕਮਾਈ ਕਰਦੇ ਹੋ ਘਰ ਵਿੱਚ ਨਹੀਂ ਖੜਦੀ? ਇਦਾਂ ਦੇ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਤੁਹਾਨੂੰ ਦੇਵਾਂਗੇ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਦੇਖੋ, ਅਕਸਰ ਘਰਾਂ ਦੇ ਵਿੱਚ ਕਲੇਸ਼, ਲੜਾਈ ਝਗੜਾ, ਧਨ ਦਾ ਨਾ ਖੜਨਾ, ਨਾ ਬਹੁਤ ਕਾਰਨ ਹੁੰਦੇ ਨੇਗੇ ਕਿ ਆਪਣੇ ਅਕਸਰ ਮਨਾਂ ਦੇ ਵਿੱਚ ਇਹ ਵੀ ਹੁੰਦਾ ਵੀ ਭੂਤ ਪ੍ਰੇਤ ਹੁੰਦੇ ਹੈਗੇ। ਦੇਖੋ, ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈਗਾ ਵੀ ਭੂਤ ਪ੍ਰੇਤ ਸੂਕਰ ਮਿਰਗਾਦ। ਦੇਖੋ, ਸਾਰੀਆਂ ਜੂਨਾਂ ਨਾ ਬਹੁਤ ਜੂਨਾਂ ਨੇਗੀ ਜਿਹੜੇ ਪਾਣੀ ਦੇ ਵਿੱਚ ਵੀ ਨੇ, ਜਲ ਦੇ ਵਿੱਚ ਵੀ ਨੇ, ਥਲ ਦੇ ਵਿੱਚ ਵੀ ਨੇ, ਹਨਾ ਬਹੁਤ ਜੂਨਾਂ ਨੇ ਜਿਹੜੀਆਂ ਕਿ ਹਨਾ ਭੂਤ ਪ੍ਰੇਤਾਂ ਦੀਆਂ ਹੁੰਦੀਆਂ ਨੇ। ਪਰ ਭੂਤ ਪ੍ਰੇਤ ਆਉਂਦੇ ਕਿੱਥੇ ਆ ਨਾ, ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆਪਣੇ ਭੂਤ ਪ੍ਰੇਤ ਤੁਸੀਂ ਆਮ ਫਿਲਮਾਂ ਵਗੈਰਾ ਵਿੱਚ ਵੀ ਦੇਖੇ ਨੇ ਵੀ ਗੰਦਗੀ ਖਾਂਦੇ ਨੇ ਉਹ ਹਮੇਸ਼ਾ, ਹਨਾ ਖੂਨ ਪੀਣਾ ਤੇ ਇਦਾਂ ਦੀਆਂ ਜਗ੍ਹਾ ਤੇ ਰਹਿਣਾ ਜਿਹੜੇ ਸੁਨਸਾਨ ਹੁੰਦੀਆਂ ਨੇ, ਜਿੱਥੇ ਕੋਈ ਵੱਸਦਾ ਨਹੀਂ ਹੁੰਦਾ, ਜਿੱਥੇ ਕੋਈ ਹਨਾ ਪਿਆਰ ਇਤਫਾਕ ਨਹੀਂ ਹੁੰਦਾ, ਲਾ ਲਓ ਤੁਸੀਂ ਵੀ ਕਲੇਸ਼ ਹੁੰਦਾ ਕੁਛ ਵੀ ਹੈ ਨਾ, ਉੱਥੇ ਚੀਜ਼ਾਂ ਤੇ ਇਹ ਵੱਸਦੀਆਂ ਨੇ। ਤੇ ਕਾਫੀ ਸਮਾਂ ਪਹਿਲਾਂ ਗੁਰੂ ਸਾਹਿਬ ਜੀ ਜਦੋਂ ਆਏ ਸੀਗੇ, ਗੁਰੂ ਨਾਨਕ ਦੇਵ ਜੀ, ਉਸ ਸਮੇਂ ਉਹਨਾਂ ਦਾ ਵੀ ਇੱਕ ਹਨਾ ਕਲਯੁਗ ਦੇ ਨਾਲ ਮਿਲਾਪ ਹੋਇਆ। ਤੇ ਕਲਯੁਗ ਨੇ ਗੁਰੂ ਸਾਹਿਬਾਂ ਨੂੰ ਕਿਹਾ ਸੀਗਾ ਵੀ ਜਿੱਥੇ ਤੁਹਾਡਾ ਨਾਮ ਜਪਿਆ ਜਾਊਗਾ, ਤੁਹਾਡਾ ਭਜਨ ਬੰਦਗੀ ਹੋਊਗੀ, ਵੀ ਉੱਥੇ ਅਸੀਂ ਨਹੀਂ ਆਵਾਂਗੇ, ਹਨਾ। ਤੇ ਤੁਸੀਂ ਅਕਸਰ ਦੇਖਿਆ ਹੋਣਾ ਵੀ ਜਦੋਂ ਆਪਾਂ ਦੀਵਾਨ ਸੁਣਨ ਜਾਂਦੇ ਹਾਂ, ਕਿਤੇ ਕਥਾ ਕੀਰਤਨ ਸੁਣਨ ਜਾਂਦੇ ਹਾਂ, ਜਦੋਂ ਆਪਾਂ ਅੰਦਰ ਜਾਂਦੇ ਹੈਗੇ ਹਨਾ, ਉਦੋਂ ਆਪਣੇ ਮਤਲਬ ਕਿ ਵੀ ਸਾਰੇ ਸ਼ਾਂਤ ਹੋ ਜਾਂਦੇ ਨੇ, ਬਿਲਕੁਲ ਚੁੱਪ ਰਹਿੰਦੇ ਨੇ। ਪਰ ਜਦੋਂ ਜੁੱਤੀਆਂ ਦੇ ਵਿੱਚ ਆ ਜਾਂਦੇ ਨੇ ਹਨਾ, ਜੁੱਤੀਆਂ ਜੋੜੇ ਆਪਾਂ ਲੈਣ ਲੱਗ ਜਾਂਦੇ, ਉੱਥੇ ਬਹੁਤ ਗਾਹ ਪੈਂਦਾ, ਰੌਲਾ ਪੈਂਦਾ। ਤੇ ਬਾਬਾ ਜੀ ਅਕਸਰ ਕਥਾ ਦੇ ਵਿੱਚ ਸੁਣਾਉਂਦੇ ਹੁੰਦੇ ਆ ਹਨਾ, ਕਹਿੰਦੇ ਵੀ ਜਿਹੜਾ ਕਲਯੁਗ ਆ ਉਹ ਜੁੱਤੀਆਂ ਦੇ ਵਿੱਚ ਬਹਿੰਦੇ, ਵੀ ਜਦੋਂ ਆਉਣਗੇ ਹਨਾ ਮੈਨੂੰ ਪਾਉਣਗੇ ਤੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਚਿੰਬੜ ਜੂੰਗਾ। ਤੇ ਦੇਖੋ, ਗੁਰੂ ਸਾਹਿਬਾਂ ਨੇ ਕਿਹਾ ਵੀ ਜਦੋਂ ਵੀ ਆਪਾਂ ਹਨਾ ਨਾਮ ਸਿਮਰਨ ਕਰਦੇ ਹਾਂ, ਉਦੋਂ ਦਿਮਾਗ ਨੂੰ ਆਪਣੀ ਸੁਰਤ ਨੂੰ ਹਟਕਾ ਕੇ ਰੱਖੋ, ਇਧਰ ਉਧਰ ਭਟਕਣ ਨਾ ਦਿਓ। ਅੱਜ ਮੈਂ ਤੁਹਾਨੂੰ ਦੱਸਦੀ ਆ ਵੀ ਹਨਾ ਭੂਤ ਪ੍ਰੇਤ ਹੁੰਦੇ ਨੇ ਜਾਂ ਨਹੀਂ ਹੁੰਦੇ। ਦੇਖੋ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਤਾਂ ਆਪਾਂ ਝੁਟਲਾ ਨਹੀਂ ਸਕਦੇ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਇਹ ਸਾਰੀਆਂ ਜੂਨਾਂ ਹੈਗੀਆਂ ਨੇਗੀਆਂ। ਤੇ ਦੂਸਰੀ ਗੱਲ, ਇਹ ਲੱਗਦੇ ਕਿਵੇਂ ਨੇ ਆਪਾਂ ਨੂੰ, ਆਉਂਦੇ ਕਿਵੇਂ ਨੇ ਹਨਾ? ਤੁਸੀਂ ਦੇਖਿਆ ਹੋਣਾ ਕਈ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿੰਦਾ ਹੈਗਾ ਹਨਾ, ਪੈਸਾ ਕਮਾਉਂਦੇ ਨੇ, ਖੜਦਾ ਨਹੀਂ, ਨਸ਼ੇ, ਚਿੱਟਾ, ਪਤਾ ਨਹੀਂ ਕਿਹੜੇ ਕਿਹੜੇ ਨਸ਼ਿਆਂ ਦਾ ਹੁੰਦਾ ਨਾ, ਇੱਦਾਂ ਦੀਆਂ ਚੀਜ਼ਾਂ ਹਨਾ ਜਿਹੜੀਆਂ ਵੀ ਹੁੰਦੀਆਂ ਨੇ ਉੱਥੇ, ਇੱਦਾਂ ਦੀਆਂ ਚੀਜ਼ਾਂ ਦਾ ਵਾਸਾ ਹੁੰਦਾ ਹੈਗਾ। ਦੇਖੋ, ਇਹ ਹੁੰਦਾ ਕਿਵੇਂ ਹੈਗਾ, ਕਿਹੜੇ ਬੰਦਾ ਵੀ ਹਨਾ ਜਿਹੜੀ ਭੂਤ ਪ੍ਰੇਤ ਦੀ ਜੁਨੀ ਦੇ ਵਿੱਚ ਪੈਂਦਾ? ਦੇਖੋ, ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀਆਂ ਬੰਦਾ ਆਤਮ ਹੱਤਿਆ ਕਰਦਾ ਹਨਾ, ਉਹਦੀ ਜਿਹੜੀ ਜੂਨ ਹੈਗੀ ਮਤਲਬ ਕਿ ਉਹਨੂੰ ਸੇਤੀ ਗਤੀ ਨਹੀਂ ਹੁੰਦੀ ਹੈਗੀ। ਇਹ ਤਾਂ ਸਾਰਿਆਂ ਨੂੰ ਪਤਾ ਵੀ ਆਪਾਂ ਨੇ ਮਰ ਕੇ ਇੱਕ ਦਿਨ ਜਾਣਾ ਹੈਗਾ, ਪਰ ਕਈ ਹਨਾ ਮੇਰੀ ਇਸ ਗੱਲ ਤੇ ਜਿੱਦਾਂ ਕਿ ਅੱਜ ਕੱਲ ਤਿਤਕਰੇ ਚੱਲ ਰਹੇ ਨੇ, ਕਰ ਵੀ ਸਕਦੇ ਨੇ ਹਨਾ, ਪਰ ਮੈਂ ਗੁਰਬਾਣੀ ਦੇ ਆਧਾਰ ਤੋਂ ਬਿਨਾਂ ਹਨਾ ਕਿਸੇ ਪਾਸੇ ਕੁਛ ਨਹੀਂ ਬੋਲ ਰਹੀ ਹੈਗੀ, ਕਿਉਂਕਿ ਕਹਿੰਦੇ ਨੇ ਵੀ ਕਈ ਨਿਖਿੱਧ ਜੂਨਾਂ ਨੇਗੀਆਂ ਵੀ ਜਿਹੜੀਆਂ ਆਪਾਂ ਨੇ ਅੱਗ ਲਾ ਕੇ ਕੋਈ ਮੱਚ ਜਾਂਦਾ ਹੈ, ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦਾ ਹਨਾ, ਜਾਂ ਗਲਫਰਾਹਾ ਲੈ ਕੇ ਵਾਂਗ ਮਰ ਜਾਂਦਾ, ਉਹਦੀ ਗਤੀ ਨਹੀਂ ਹੁੰਦੀ ਹੈਗੀ, ਮਤਲਬ ਕਿ ਵੀ ਉਹਦੀ ਜਿਹੜੀ ਆਤਮਾ ਹੈ ਉਹ ਇੱਥੇ ਹੀ ਭਟਕਦੀ ਰਹਿੰਦੀ ਹੈਗੀ ਹਨਾ। ਆਪਣੇ ਹਰ ਇੱਕ ਦੇ ਕਿਸੇ ਨਾ ਕਿਸੇ ਦੇ ਇੱਦਾਂ ਦੀ ਚੀਜ਼ ਹੋਈ ਹੁੰਦੀ ਹੈ ਨਾ, ਤੇ ਇਹਦਾ ਹਨਾ ਆਪਾਂ ਗਤੀ ਕਿਵੇਂ ਕਰਾ ਸਕਦੇ ਹਾਂ, ਮਤਲਬ ਕਿ ਇਹਦੀ ਆਤਮਾ ਨੂੰ ਪ੍ਰਸ਼ਾਂਤ ਕਿਵੇਂ ਦਵਾ ਸਕਦੇ ਹਾਂ, ਉਹਦੇ ਨਿਮਿੱਤ ਪਾਠ ਕਰਕੇ ਹਨਾ। ਅੱਜ ਕੱਲ ਤਾਂ ਇੱਕ ਰਿਵਾਜ ਹੀ ਚਲਾ ਲਿਆ ਹਨਾ, ਜਦੋਂ ਕੋਈ ਮ੍ਰਿਤਕ ਬੰਦਾ ਮਤਲਬ ਕਿ ਆਪਣੇ ਘਰ ਦਾ ਕੋਈ ਸਰੀਰ ਚਲਾ ਜਾਂਦਾ, ਆਪਾਂ ਤੀਜੇ ਦਿਨ ਪਾਠ ਕਰਵਾ ਦੇਣਾ, ਨਹੀਂ ਤਾਂ ਬਸ ਸੁਖਮਨੀ ਸਾਹਿਬ ਦਾ ਪਾਠ ਕਰਵਾ ਦੇਣਾ। ਦੇਖੋ, ਇਹ ਵੀ ਇੱਕ ਮਰਿਆਦਾ ਸੀਗੀ ਵੀ 9 ਦਿਨਾਂ ਦੇ ਵਿੱਚ, 11 ਦਿਨਾਂ ਦੇ ਵਿੱਚ ਹਨਾ ਪਾਠ ਸਹਿਜ ਨਾਲ ਹੋਣਾ, ਘਰ ਦੇ ਵਿੱਚ ਵਾਹਿਗੁਰੂ ਨੇ ਗੁਰਬਾਣੀ ਪੜ੍ਹੀ ਜਾਣੀ ਹੈ, ਤਾਂ ਕਿ ਆਪਾਂ ਨੂੰ ਵੀ ਹਨਾ ਉਸ ਚੀਜ਼ ਦਾ ਸਹਾਰਾ ਹੋਵੇ ਤੇ ਜਾਣ ਵਾਲੀ ਆਤਮਾ ਨੂੰ ਵੀ ਉਸ ਚੀਜ਼ ਦਾ ਸਹਾਰਾ ਹੋਵੇ।
ਤੇ ਦੇਖੋ ਜਿਹਦੇ ਵੀ ਘਰ ਦੇ ਵਿੱਚ ਤੁਹਾਨੂੰ ਇਦਾਂ ਲੱਗਦਾ ਹੈਗਾ ਹਨਾ, ਤਾਂ ਤੁਸੀਂ ਦੇਖੋ ਤੁਹਾਡੇ ਕੋਈ ਵੀ ਮਰਿਆ ਹੋਇਆ ਪਿਛਲਾ ਹਨਾ, ਤਾਂ ਤੁਸੀਂ ਉਹਦੇ ਨਿਮਿੱਤ ਕਮ ਸੇ ਕਮ ਜੇ ਉਹ ਨਹੀਂ ਕਰਵਾ ਸਕਦੇ, ਸਾਲ ਬਾਅਦ, 2 ਸਾਲ ਬਾਅਦ, 5 ਸਾਲ ਬਾਅਦ ਉਹਦੇ ਨਿਮਿੱਤ ਹਨਾ ਇੱਕ ਸਹਿਜ ਪਾਠ ਜਾਂ ਅਖੰਡ ਪਾਠ ਤੁਸੀਂ ਜ਼ਰੂਰ ਕਰਵਾਇਆ ਕਰੋ। ਅਗਰ ਤੁਸੀਂ ਇੰਨਾ ਵੀ ਨਹੀਂ ਕਰਵਾ ਸਕਦੇ, ਕਿਉਂਕਿ ਠੀਕ ਹੈ ਕਈ ਘਰਾਂ ਦੇ ਵਿੱਚ ਹਨਾ ਨਹੀਂ ਇੰਨਾ ਕਰਵਾ ਸਕਦੇ, ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਦਿਓ, ਨਹੀਂ ਕਰਵਾ ਸਕਦੇ ਤਾਂ ਤੁਸੀਂ ਖੁਦ ਕਰੋ ਹਨਾ ਉਹਨਾਂ ਦੇ ਨਿਮਿੱਤ। ਇੱਦਾਂ ਦੀਆਂ ਚੀਜ਼ਾਂ ਦਾ ਹਨਾ ਫੇਰ ਹੀ ਪਾਰ ਉਤਾਰਾ ਹੁੰਦਾ, ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ, ਦੇਖੋ ਇਹ ਮੇਰੀ ਬਚਪਨ ਦੀ ਇੱਕ ਕਹਾਣੀ ਵੀ ਹੈਗੀ ਲਾ ਲਓ ਹਨਾ, ਵੀ ਸਾਡੇ ਨਾ ਇੱਕ ਕੁੜੀ ਨੂੰ ਪਿਓ ਨੇ ਮਾਰ ਕੇ ਦੱਬਤਾ ਸੀਗਾ, ਤੇ ਮੇਰੀ ਸਹੇਲੀ ਦੇ ਮਾਮਾ ਜੀ ਨੂੰ ਉਹਦੀ ਕਸਰ ਹੋਣ ਲੱਗ ਗਈ ਸੀ ਹਨਾ, ਤੇ ਫੇਰ ਸਾਨੂੰ ਪਤਾ ਲੱਗਿਆ, ਅਸੀਂ ਤਾਂ ਬਹੁਤ ਛੋਟੀਆਂ ਸੀਗੀਆਂ ਨਾ, ਸਾਨੂੰ ਕੀ ਪਤਾ ਸੀਗਾ ਵੀ ਉਹਨੇ ਏਦਾਂ ਏਦਾਂ ਮਾਰ ਕੇ ਦੱਬਤੀ ਸੀ, ਉਹ ਥੋੜੀ ਜਿਹੀ ਗਲਤ ਸੀ, ਕਰੈਕਟਰ ਲੈਸ ਸੀਗੀ। ਤੇ ਜਦੋਂ ਉਹਦੇ ਮਾਮਾ ਜੀ ਨੂੰ ਹਨਾ ਉਹਦੀ ਕਸਰ ਹੋਣ ਲੱਗੀ, ਤੇ ਸਾਨੂੰ ਵੈਸੇ ਜਿਵੇਂ ਹੁਣ ਆਪਾਂ ਕਹਿ ਦਿੰਦੇ ਹਾਂ ਨਾ ਵੀ ਜਿਹੜੇ ਤਰਕਸੀਲ ਵਾਲੇ ਨੂੰ ਕਹਿੰਦੇ ਨੇ ਵੀ ਕਸਰਾਂ ਭੂਤ ਪ੍ਰੇਤ ਹੁੰਦੇ ਨਹੀਂ ਹੈਗੇ, ਮੈਂ ਮੰਨਦੀ ਹਾਂ ਵੀ ਨਹੀਂ ਹੁੰਦੇ ਹੈਗੇ ਹਨਾ, ਇੱਦਾਂ ਆਮ ਜਿਵੇਂ ਹਰੇਕ ਕੋਈ ਕਹਿ ਦਿੰਦਾ ਦੇਵੀ ਬਣਿਆ ਬੈਠਾ, ਹਰੇਕ ਬਾਬਾ ਬਣਿਆ ਬੈਠਾ, ਇੱਦਾਂ ਕੋਈ ਉਹ ਨਹੀਂ ਹੈਗਾ ਹਨਾ, ਪਰ ਗੁਰਬਾਣੀ ਤਾਂ ਨਹੀਂ ਝੂਠੀ ਹੋ ਸਕਦੀ ਹਨਾ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਵੀ ਇਹ ਜੂਨੀਆਂ ਹੈਗੀਆਂ ਨੇਗੀਆਂ। ਪਰ ਵੀ ਜੇ ਆਪਾਂ ਕਹੀਏ ਵੀ ਹਰ ਇੱਕ ਜਿਵੇਂ ਕੋਈ ਕਹਿੰਦਾ ਮੈਂ ਭੂਤ ਕੱਢ ਦੂੰ, ਭੂਤ ਚਿੰਬੜਿਆ ਹੋਇਆ ਨਾ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਕਿਤੇ ਕਿਤੇ ਲਾ ਲਓ ਵੀ ਹਨਾ, ਜਿੱਦਾਂ ਕਿ ਸੁਣਿਆ ਵੀ ਤੁਸੀਂ ਨੇ ਵੀ ਪਿੱਛੇ ਵੀ ਰਾਕਸ ਜੂਨੀ ਦੇ ਵਿੱਚ ਸੀਗਾ, ਉਹਦਾ ਆਧਾਰ ਕੀਤਾ, ਗੁਰੂ ਸਾਹਿਬਾਂ ਦੇ ਵੇਲੇ ਵੀ ਤੁਸੀਂ ਨੇ ਹਨਾ ਬਹੁਤ ਸਾਖੀਆਂ ਸੁਣੀਆਂ ਹੋਣਗੀਆਂ। ਤੇ ਮੇਰੀ ਇਸੇ ਲਈ ਹਨਾ ਮਾਮਾ ਜੀ ਨੂੰ ਉਸ ਲੜਕੀ ਦੀ ਕਸਰ ਹੋਣ ਲੱਗੀ, ਤੇ ਕੁਛ ਨਾ ਪਤਾ ਲੱਗਿਆ ਕਰੇ ਵੀ ਗੱਲ ਕੀ ਹੈਗੀ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਸੀ, ਦੇਖੋ ਸਾਨੂੰ ਅਸੀਂ ਬਹੁਤ ਛੋਟੀਆਂ ਸੀ, ਸਾਡੇ ਹੁਣ ਤੋਂ ਪਹਿਲਾਂ ਦੀਆਂ ਗੱਲਾਂ ਨੇਗੀਆਂ ਨਾ, ਉਦੋਂ ਪਤਾ ਲੱਗਿਆ ਸੀਗਾ ਵੀ ਇੱਦਾਂ ਵੀ ਹਨਾ ਕਿਸੇ ਦੇ ਵਿੱਚ ਕੋਈ ਇੱਦਾਂ ਹੋ ਸਕਦਾ ਹੈਗਾ। ਦੇਖੋ ਇਹ ਮੈਨੂੰ ਹੁਣ ਵੀ ਨਹੀਂ ਪਤਾ ਹੈਗਾ, ਕਿਉਂਕਿ ਨਾ ਮੈਂ ਅੱਖੀ ਦੇਖਿਆ ਨਾ ਕਰਿਆ, ਪਰ ਗੁਰਬਾਣੀ ਨੂੰ ਮੈਂ ਨਹੀਂ ਝੁਟਲਾ ਸਕਦੀ। ਪਰ ਇੰਨਾ ਕੁ ਜ਼ਰੂਰ ਪਤਾ ਵੀ ਜਿਹੜੀਆਂ ਆਤਮਾ ਆਪਣੇ ਘਰ ਦੇ ਵਿੱਚੋਂ ਚਲੀਆਂ ਜਾਂਦੀਆਂ ਨੇ, ਉਹਨਾਂ ਦੀ ਸੁਰਤੀ ਪਿੱਛੇ ਰਹਿ ਜਾਂਦੀ ਹੈਗੀ, ਉਹਨਾਂ ਦੇ ਨਿਮਿੱਤ ਆਪਾਂ ਨੂੰ ਪਾਠ ਜ਼ਰੂਰ ਕਰਨਾ ਚਾਹੀਦਾ ਹੈਗਾ। ਮੇਰੇ ਕਹਿਣ ਦਾ ਭਾਵ ਹੈ ਵੀ ਆਪਾਂ ਹਨਾ ਡੇਰਿਆਂ ਪਖੰਡੀਆਂ ਦੇ ਜਾਣ ਤੋਂ ਬਚੀਏ, ਤੇ ਆਪਾਂ ਆਪਣੇ ਘਰ ਦੇ ਵਿੱਚ ਆਪਣੇ ਗੁਰੂ ਸਾਹਿਬਾਂ ਨੂੰ ਲੈ ਕੇ ਆਵਾਂਗੇ, ਤੇ ਨਾਲ ਤਾਂ ਦੇਖੋ ਆਪਣੇ ਇਸ ਜੀਵਨ ਦਾ ਆਪਣਾ ਫਾਇਦਾ ਹੋਊਗਾ, ਤੇ ਨਾਲੇ ਜਿਹੜੇ ਆਪਣੀਆਂ ਆਤਮਾਵਾਂ ਆਪਣੇ ਕੋਲ ਚਲੀਆਂ ਗਈਆਂ ਨੇ ਉਹਨਾਂ ਦਾ ਭਲਾ ਹੋਊਗਾ ਹਨਾ। ਤੁਸੀਂ ਡੇਲੀ ਅਗਰ ਕਿਸੇ ਨੂੰ ਇੱਦਾਂ ਲੱਗਦਾ ਵੀ ਸਾਡੇ ਘਰ ਵਿੱਚ ਤਾਂ ਬਹੁਤ ਅਸੀਂ ਕਮਾਉਣੇ ਆ ਹਨਾ, ਖੜਦਾ ਨਹੀਂ ਹੈਗਾ ਸਾਡੇ ਘਰ ਦੇ ਵਿੱਚ ਕਲੇਸ਼, ਸ਼ਰਾਬ, ਮੀਟ, ਨਸ਼ਾ ਹਨਾ। ਦੇਖੋ ਆਮ ਤੌਰ ਤੇ ਇੱਦਾਂ ਦੀਆਂ ਆਦਿ ਵਿਆਦ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਨਾ ਸ਼ਰਾਬ ਪੀਂਦੇ ਨੇ ਜਿਹੜੇ ਵੀਰ ਨਸ਼ੇ ਕਰਦੇ ਨੇ, ਆਪਾਂ ਕਹਿ ਦਿੰਦੇ ਵੀ ਦੇਖੀ ਚੰਗਾ ਬੜਾ ਸੀਗਾ ਵੀ ਸ਼ਰਾਬ ਪੀ ਕੇ ਬਦਲੇ ਕਿਹੜੀ ਭੂਤ ਵੜ ਜਾਂਦੀ ਹੈ। ਦੇਖੋ ਇੱਦਾਂ ਦੀਆਂ ਚੀਜ਼ਾਂ ਹਨਾ ਇੱਦਾਂ ਦੀਆਂ ਗੰਦਗੀ ਦੇ ਕੋਲੇ ਬਹੁਤ ਜਲਦੀ ਆਉਂਦੀਆਂ ਨੇਗੀਆਂ। ਤਾਂ ਮੈਂ ਸਾਰਿਆਂ ਨੂੰ ਹਨਾ ਹੱਥ ਬੰਨ ਕੇ ਬੇਨਤੀ ਕਰੂੰਗੀ ਕਿ ਅਗਰ ਕਿਸੇ ਨੂੰ ਵੀ ਇੱਦਾਂ ਦਾ ਉਹ ਲੱਗਦਾ ਤਾਂ ਪਲੀਜ਼ ਆਪਣੇ ਜਿਹੜੇ ਬਜੁਰਗ ਨੇ ਜਾਂ ਆਪਣੇ ਕੋਈ ਜਵਾਨ ਜਾਂ ਕੋਈ ਵੀ ਆਪਣੇ ਘਰ ਦੇ ਵਿੱਚੋਂ ਹਨਾ ਮ੍ਰਿਤਕ ਦੇਹ ਚਲੀ ਗਈ ਹੈਗੀ, ਤਾਂ ਉਹਦੇ ਵਾਸਤੇ ਤੁਸੀਂ ਹਨਾ ਸਹਿਜ ਪਾਠ, ਸੁਖਮਨੀ ਸਾਹਿਬ ਦਾ ਪਾਠ ਜਾਂ ਅਖੰਡ ਪਾਠ ਜ਼ਰੂਰ ਕਰਵਾਓ। ਅਗਰ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਜਿਹੜੀਆਂ ਭੈਣਾਂ ਨੂੰ ਇਹ ਦੁਖੀ ਨੇ ਤਾਂ ਉਹ ਡੇਲੀ ਹਨਾ ਸਵੇਰੇ ਉੱਠ ਕੇ ਆਪਣਾ ਇੱਕ ਜਪਜੀ ਸਾਹਿਬ ਦਾ ਪਾਠ ਅਤੇ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਹਨਾ ਜ਼ਰੂਰ ਕਰਿਆ ਕਰੋ। ਅਗਰ ਤੁਸੀਂ ਇਸ ਤਰੀਕੇ ਨਾਲ ਇੱਕ 1.25 ਮਹੀਨਾ ਹਨਾ ਸੁਖਮਨੀ ਸਾਹਿਬ ਦਾ ਪਾਠ ਕਰੋਗੇ ਤਾਂ ਤੁਹਾਡੇ ਘਰ ਵਿੱਚ ਬਰਕਤਾਂ ਹੋਣਗੀਆਂ, ਤੇ ਜਿਹੜੀ ਇੱਦਾਂ ਦੀ ਕੋਈ ਮਾੜੀ ਸ਼ਕਤੀ ਹੈ ਤੁਹਾਡੇ ਘਰ ਉਹ ਵੀ ਚਲੀ ਜਾਏਗੀ। ਬਾਬੇ ਆਂਦੇ ਜਾ ਕੇ 10-10, 20-20 ਹਜ਼ਾਰ ਰੁਪਇਆ ਡੇਰਿਆਂ ਚ ਨਾ ਤੁਸੀਂ ਫੂਕੋ। ਦੇਖੋ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਇਲਾਜ ਦੱਸਿਆ ਗਿਆ ਹੈਗਾ, ਤਾਂ ਗੁਰਬਾਣੀ ਤੇ ਭਰੋਸਾ ਰੱਖੋ, ਗੁਰੂ ਸਾਹਿਬਾਂ ਤੇ ਭਰੋਸਾ ਰੱਖੋ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਚੀਜ਼ ਹਨਾ ਹੋਰ ਦੱਸਦੀ ਹਾਂਗੀ। ਕਈ ਵੀਰ ਨਾ ਮੈਨੂੰ ਪਹਿਲਾਂ ਜਦੋਂ ਮੈਂ ਲਾਈਵ ਕਰਦੀ ਹੁੰਦੀ ਸੀ ਮੇਰੇ ਨਾਲ ਕਾਫੀ ਵਾਰੀ ਜੁੜੇ ਸੀ, ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਰਾਤ ਨੂੰ ਜਦੋਂ ਪੈਂਦੇ ਹਾਂ ਨਾ ਸਾਨੂੰ ਡਰ ਲੱਗਦਾ ਦਵਾ ਆਉਂਦਾ, ਤੇ ਜਾਂ ਘਰ ਦੇ ਵਿੱਚ ਹਨਾ ਆਪਾਂ ਪਾਠ ਕਰਦੇ ਹਾਂ ਪੂਜਾ ਕਰਦੇ ਆਪਾਂ ਕਹਿੰਦੇ ਹਾਂ ਵੀ ਫਿਰ ਵੀ ਸਾਡੇ ਘਰ ਦੇ ਵਿੱਚੋਂ ਕਲੇਸ਼ ਨਹੀਂ ਜਾਂਦਾ ਹਨਾ, ਕਾਫੀ ਹੁੰਦਾ ਹੈਗਾ। ਦੇਖੋ ਏਦਾਂ ਦੀਆਂ ਚੀਜ਼ਾਂ ਜਦੋਂ ਘਰ ਦੇ ਵਿੱਚ ਹੁੰਦੀਆਂ ਨੇ ਹਨਾ ਉਸ ਟਾਈਮ ਤਾਂ ਤੁਸੀਂ ਸਭ ਤੋਂ ਪਹਿਲਾਂ ਹਨਾ ਗੁਰੂ ਘਰ ਜਾਣਾ, ਗੁਰੂ ਘਰ ਅਰਦਾਸ ਕਰਕੇ ਜਿਹੜੀ ਵੀ ਸੰਗਤ ਦੀ ਧੂੜ ਮਿੱਟੀ ਹੁੰਦੀ ਹੈ ਨਾ ਇਕੱਠੀ ਕਰਕੇ ਲੈ ਕੇ ਆਪਦੇ ਘਰ ਦੇ ਵਿੱਚ ਜਲ ਦਾ ਛਿੱਟਾ ਦਿਓ ਹਨਾ। ਸ਼ਾਮ ਨੂੰ ਜਦੋਂ ਤੁਸੀਂ ਪੈਨੋ ਤੋਂ ਕੀਰਤਨ 16 ਸਾਹਿਬ ਦਾ ਪਾਠ ਹਨਾ ਜ਼ਰੂਰ ਕਰੋ, ਕਿਉਂਕਿ ਇਸ ਦੇ ਨਾਲ ਹਨਾ ਸ਼ਹੀਦੀ ਸਿੰਘਾਂ ਦਾ ਪੈਰਾ ਵੀ ਲੱਗਦਾ ਤੇ ਗੁਰੂ ਸਾਹਿਬ ਖੁਦ ਤੁਹਾਡੇ ਘਰ ਦੀ ਰੱਖਿਆ ਕਰਨਗੇ।
ਦੇਖੋ ਮੈਨੂੰ ਜਿੰਨਾ ਵਿਸ਼ਵਾਸ ਹੈ ਮੈਂ ਉਹਤੇ ਤੁਹਾਡੇ ਨਾਲ ਹਨਾ ਸਾਂਝੀ ਕਰਦੀ ਹਾਂ, ਕਿਉਂਕਿ ਜਿਸ ਤਰ੍ਹਾਂ ਲੱਗੀਆਂ ਕਹਿੰਦੇ ਸੋਈ ਤਨ ਜਾਣੇ ਦੂਜਾ ਕਿਆ ਜਾਣੇ ਹਨਾ ਭੀੜ ਪਰਾਈ, ਤਾਂ ਪਲੀਜ਼ ਹਨਾ ਗੁਰਬਾਣੀ ਤੇ ਭਰੋਸਾ ਰੱਖਿਆ ਕਰੋ। ਇਧਰ ਉਧਰ ਭਟਕ ਕੇ ਨਾਲੇ ਤਾਂ ਆਪਦਾ ਧਨ ਪੈਸਾ ਖਰਾਬ ਕਰਦੇ ਹੋ, ਨਾਲੇ ਤੁਸੀਂ ਆਪਦਾ ਸਰੀਰ ਖਰਾਬ ਕਰਦੇ ਹੋ, ਨਾਲੇ ਘਰਾਂ ਦੇ ਵਿੱਚ ਕਲੇਸ਼ ਪੈਂਦੇ ਨੇਗੇ। ਬਸ ਗੁਰਬਾਣੀ ਦਾ ਓਟ ਆਸਰਾ ਲਓ, ਤੁਹਾਡੇ ਘਰ ਦੇ ਵਿੱਚ ਬਰਕਤਾਂ ਦੇਖਿਓ। ਸੁਖਮਨੀ ਸਾਹਿਬ ਦਾ ਪਾਠ ਜਿੱਥੇ ਹੋਣ ਲੱਗਿਆ ਉੱਥੇ ਤਾਂ ਹਨਾ ਗੁਰੂ ਸਾਹਿਬ ਆਪ ਹੀ ਬਿਰਾਜਦੇ ਨੇਗੇ, ਤੇ ਤੁਸੀਂ ਬਸ ਭਰੋਸਾ ਰੱਖ ਕੇ ਪਾਠ ਕਰਨਾ। ਵੀਡੀਓ ਚੰਗੀ ਲੱਗੀ ਤਾਂ ਅੱਗੇ ਅੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਆਪਣੇ ਚੈਨਲ ਦਾ ਨਾਮ ਮਾਤਾ ਪਿਆਰ ਔਰ ਬਲੌਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।